जिंदाबाद 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 जिंदाबाद। प्रधान जी अभी मीटिंग बारे की कहना चाहते जी? मैं हंसराज प्रधान सफाई सेवक यूनियन पंजाब राजपुरा। यह जिहड़ा साडा धरना लग्या होया जिहड़ा हड़ताल ते असी अज 50 दिन हो गए सानू बैठे नू पंजाब सरकार दा पिट सापा करदे होए, जो कि पंजाब सरकार के जिहड़े नुमाइंदे मंत्री आ। अज साडी जिहड़ी चंडीगढ़ विच चौथी मीटिंग फिर होने जा रही है 3 बजे। पहले भी लोकल बॉडी मंत्री गल साडी मीटिंग हुई पर उन्हें सानू नेरे दे विच रखिया, झूठ बोल के सरकार ने 15,000 बंदे का ऐलान करते हैं भी 15,000 मुलाजम जो सफाई कर्मचारी सिविलमैन असी पक्का कर जा रहे हैं, पर उन्होंने चोर बोरी राही कोई होर गल करती जो कि बिल्कुल साडे जिहड़े मुलाजमां रोसा पै गया। अब देखो तुसी गलिया दे विच ढेर आ, सड़कों के मेन ढेर पे आ, इहदे नाल बड़ा कूड़ा हो गया। यह अन्नी बोली सरकार नूं जगाउण वास्ते असी जिहड़ा हैगा हड़ताल पर बैठे हाँ भी जिहड़े साडे बणदे हक आ उह दे जाण, कच्चे मुलाजम बगैर शर्त तों पक्के करे जाण, पे कमीशन की रिपोर्ट सही तरीके से लागू करन, छेवां पे कमीशन आ सही तरीके से जिहड़ा नोटिफिकेशन वह करे, जो पुरानी पेंशन आ बहाल करी जाए ताकि जिहड़े नवे साथी साडे 2004 तों बाद लगे आ उन्हां नूं भी सांगी जिहड़ी है रस्ता मिल सके। ਇਹ ਕਦੋਂ ਤੱਕ ਚੱਲੇਗਾ ਜੀ ਧਰਨਾ? ਜਦੋਂ ਤੱਕ ਸਰਕਾਰ ਸਾਡੀ ਜਿਹੜੀ ਮੰਗਾਂ ਨਹੀਂ ਮੰਨਦੀ ਹੈ ਜਦੋਂ ਤੱਕ ਸਾਡਾ ਸੰਘਰਸ਼ ਇਸ ਤਰ੍ਹਾਂ ਚੱਲੀ ਰਹੇਗਾ। ਕੀ ਨਾਮ ਹੈ ਜੀ? ਮੈਂ ਰਾਜ ਕੁਮਾਰ ਸਫਾਈ ਮਜ਼ਦੂਰ ਸੰਘ ਕੈਸ਼ੀਅਰ ਰਾਜਪੁਰਾ ਤੋਂ। ਹਾਂਜੀ, ਅੱਜ ਦੀ ਜਿਹੜੀ ਮੀਟਿੰਗ ਕਰੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਅੱਜ ਦੀ ਜਿਹੜੀ ਮੀਟਿੰਗ ਆ ਸਾਡਾ ਜਿਹੜਾ ਧਰਨਾ, ਅੱਜ 50 ਦਿਨ ਸਮਝੋ ਹੋ ਗਏ ਹੈ ਹੜਤਾਲ ਨੂੰ, ਔਰ ਅਸੀਂ ਰੈਗੂਲਰ ਪੰਜਾਬ ਸਰਕਾਰ ਦੀ ਹਾਏ ਹਾਏ ਕਰ ਰਹੇ ਹਾਂ। ਜਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀ ਅਸੀਂ ਉਸ ਤਰ੍ਹਾਂ ਹੀ ਆਪਣਾ ਧਰਨਾ ਜਾਰੀ ਰੱਖਾਂਗੇ। ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ 3:30 ਵਜੇ, ਉਹਦੇ ਵਿੱਚੋਂ ਕਿਆ ਸਿੱਟਾ ਨਿਕਲ ਕੇ ਆਉਂਦਾ ਉਹ ਸਾਡੇ ਪ੍ਰਧਾਨ ਪੰਜਾਬ ਦੇ ਸਰਪੰਚ ਜੀ ਉੱਥੇ ਪਹੁੰਚਣਗੇ, ਉਹ ਬਾਕੀ ਗੱਲਬਾਤ ਸਾਨੂੰ ਦੱਸਣਗੇ ਆ ਕੇ। ਜਿਸ ਤਰ੍ਹਾਂ ਉਹ ਕਹਿਣਗੇ ਉਸ ਤਰ੍ਹਾਂ ਹੀ ਅਸੀਂ ਆਪਣਾ ਫਿਰ ਪ੍ਰੋਗਰਾਮ ਅੱਗੇ ਰੱਖਾਂਗੇ। ਅੱਜ ਤੋਂ ਪਹਿਲਾਂ 3 ਵਾਰੀ ਮੀਟਿੰਗਾਂ ਹੋ ਚੁੱਕੀਆਂ, ਉਹਦੇ ਵਿੱਚ ਕੁਝ ਨਿਕਲਿਆ? 3 ਵਾਰੀ ਜਿਹੜੀ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਕੁਝ ਨਹੀਂ ਨਿਕਲਿਆ, ਕੋਈ ਉਹਦੇ ਅੰਦਰ ਕੋਈ ਮੁਲਾਜ਼ਮਾਂ ਦੇ ਬਾਰੇ ਜਾਂ ਕੋਈ ਪੇ ਕਮਿਸ਼ਨ ਦੀ ਰਿਪੋਰਟ ਬਾਰੇ ਜਾਂ ਕੋਈ ਐਸੀ ਕੋਈ ਗੱਲਾਂ ਨਿਕਲੀਆਂ ਨਹੀਂ ਜਿਹੜੀਆਂ, ਇਸ ਕਰਕੇ ਸਾਡਾ ਉਸ ਤਰ੍ਹਾਂ ਹੀ ਹੜਤਾਲ ਚੱਲ ਰਹੀ ਹੈ ਔਰ ਚੱਲਦੀ ਰਹੀ ਹੈ। ਤੁਹਾਨੂੰ ਅੱਜ ਕਿਆ ਲੱਗਦਾ ਜੀ ਵੀ ਅੱਜ ਮੀਟਿੰਗ ਹੈ? ਅੱਜ ਪ੍ਰਧਾਨ ਜੀ ਨਾਲ ਮੀਟਿੰਗ ਹੋਈ ਹੈ, ਪੰਜਾਬ ਦੇ ਪ੍ਰਧਾਨ ਹੈ ਸਾਡੇ ਸਫਾਈ ਮਜ਼ਦੂਰ ਯੂਨੀਅਨ ਦੇ ਜਿਹੜੇ ਪੰਜਾਬ ਦੇ, ਉਹ ਜਾਣਗੇ ਅੱਜ ਚੰਡੀਗੜ੍ਹ। ਉਹ ਫਿਰ ਸਾਡੀ ਗੱਲ ਹੋਈ ਸੀ ਪ੍ਰਧਾਨ ਜੀ ਦੀ ਹੰਸਰਾਜ ਜੀ ਦੀ ਫੋਨ ਤੇ ਉੱਤੇ, ਜਿਸ ਤਰ੍ਹਾਂ ਵੀ ਉਹਨਾਂ ਦਾ ਫਿਰ ਫੋਨ ਆਏਗਾ, ਫੋਨ ਕਾਲ ਆਏਗੀ, ਉਹਦੇ ਨਾਲ ਫਿਰ ਅਸੀਂ ਗੱਲਬਾਤ ਕਰਕੇ ਸਾਰੀ ਅੱਗੇ ਆਪਣਾ ਕੰਮ ਜਾਰੀ ਰੱਖਾਂਗੇ।